ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਲਚਲ ਆ ਸਾਰਿਆਂ ਦੇ ਐਲ ਐਮ ਆਈਏ ਕਿਸੇ ਨਾ ਕਿਸੇ ਦੇ ਮੂੰਹੋਂ ਤੁਸੀਂ ਇਹ ਵਰਡ ਸੁਣਿਆ ਹੀ ਹੋਵੇਗਾ ਕਿ ਭਾਈ ਮੈਂ ਕੈਨੇਡਾ ਚੱਲਿਆ ਵਰਕ ਪਰਮਿਟ ਤੇ ਤੇ ਵਰਕ ਪਰਮਿਟ ਤੇ ਜਦੋਂ ਆਪਾਂ ਇੱਥੇ ਆਉਣਾ ਹੋਵੇ ਤਾਂ ਉਹਦੇ ਲਈ ਜ਼ਰੂਰੀ ਹੁੰਦੀ ਆ ਸਪਾਂਸਰਸ਼ਿਪ ਤੇ ਸਪਾਂਸਰਸ਼ਿਪ ਦਾ ਜਿਹੜਾ ਪ੍ਰੋਸੈਸ ਹੁੰਦਾ ਉਹਨੂੰ ਕਹਿੰਦੇ ਆ ਐਲ ਐਮ ਆਈ ਇਹਦੇ ਨਾਂ ਤੇ ਬੜੀ ਤਗੜੀਆਂ ਠੱਗੀਆਂ ਹੁੰਦੀਆਂ ਜੇ ਤੁਹਾਡੇ ਨੌਨ ਦੇ ਵਿੱਚ ਕਿਸੇ ਨਾਲ ਹੋਈ ਹੈ ਜਾਂ ਤੁਹਾਡੇ ਨਾਲ ਹੋਈ ਹੈ ਤਾਂ ਤੁਸੀਂ ਬਖੂਬੀ ਜਾਣਦੇ ਹੋਵੋਗੇ ਠਗੀਆਂ ਕਿੱਦਾਂ ਹੁੰਦੀਆਂ ਨੇ ਕਿੱਦਾਂ ਜਿਹੜੇ ਇੱਥੇ ਬੰਦੇ ਆਉਂਦੇ ਆ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਉਹਨਾਂ ਨੂੰ ਇੱਥੋਂ ਤੱਕ ਗੁਲਾਮੀ ਕਰਾਈ ਜਾਂਦੀ ਮੇਰੇ ਨੋਨ ਦੇ ਵਿੱਚ ਕੇਸ ਹੈਗੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਸਮਝਣਾ ਪਾਏਗਾ ਕਿ ਐਲ ਐਮ ਆਈ ਐ ਹੁੰਦੀ ਕੀ ਆ ਕਿੱਦਾਂ ਇਹਦਾ ਪ੍ਰੋਸੈਸ ਚੱਲਦਾ ਤੇ ਕਿੱਦਾਂ ਤੁਸੀਂ ਇਹਦੇ ਤੋਂ ਬਚ ਸਕਦੇ ਹੋ ਪਹਿਲਾ ਨੰਬਰ ਤੇ ਐਲ ਐਮ ਆਈ ਐ ਹੁੰਦੀ ਕੀ ਆ ਜਦੋਂ ਵੀ ਕੈਨੇਡਾ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਕੋਈ ਬੰਦਾ ਚਾਹੀਦਾ ਪਰ ਉਹਨੂੰ ਉਹ ਕੈਨੇਡਾ ਦੇ ਵਿੱਚੋਂ ਨਹੀਂ ਮਿਲ ਰਿਹਾ ਤਾਂ ਉਹ ਗਵਰਨਮੈਂਟ ਨੂੰ ਕਹਿੰਦਾ ਕਿ ਮੈਂ ਬੰਦਾ ਜਿਹੜਾ ਹੈ ਉਹ ਬਾਹਰੋਂ ਬੁਲਾਉਣਾ ਚਾਹੁੰਨਾ ਹੋਰ ਕਿਸੇ ਦੇਸ਼ ਦੇ ਵਿੱਚੋਂ ਤੇ ਜਦੋਂ ਦੂਸਰੇ ਦੇਸ਼ ਦੇ ਵਿੱਚੋਂ ਕਿਸੇ ਬੰਦੇ ਨੂੰ ਉਹਨੇ ਬੁਲਾਉਣਾ ਹੁੰਦਾ ਆ ਤਾਂ ਉਹਦੇ ਲਈ ਅਪਰੂਵਲ ਲੈਣੀ ਪੈਂਦੀ ਹੈ ਅਪਰੂਵਲ ਲੈਣ ਤੋਂ ਬਾਅਦ ਇੱਕ ਲੈਟਰ ਮਿਲਦਾ ਹੈ ਏਮਪਲੋਇਰ ਨੂੰ ਬਿਜ਼ਨਸਮੈਨ ਨੂੰ ਐਲ ਐਮ ਆਈ ਏ ਤੇ ਉਸ ਦੇ ਬੇਸ ਤੇ ਉਹ ਜੌਬ ਸਪੌਂਸਰਸ਼ਿਪ ਦਿੰਦਾ ਹੈ ਤੇ ਬਾਹਰਲੇ ਦੇਸ਼ੋਂ ਬੰਦਾ ਇੱਥੇ ਆ ਕੇ ਕੰਮ ਕਰਦਾ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲਦਾ ਤੇ ਉਹਦੀ ਪੀ ਆਰ ਹੁੰਦੀ ਆ ਇਹ ਹੁੰਦਾ ਸਿੰਪਲ ਜੇ ਵਰਡਸ ਦੇ ਹੁੰਦੀ ਕਿੰਨੇ ਤਰ੍ਹਾਂ ਦੀ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕਨਫਿਊਜ਼ਨਸ ਹੁੰਦੀਆਂ ਨੇ ਪੰਜ ਤੋਂ ਸੱਤ ਤਰ੍ਹਾਂ ਦੀ ਐਲਐਮਆਈਏ ਹੁੰਦੀ ਆ ਪਰ ਜਿਹੜੀਆਂ ਚਾਰ ਤੋਂ ਪੰਜ ਜ਼ਿਆਦੀਆਂ ਫੇਮਸ ਨੇ ਉਹਦੇ ਬਾਰੇ ਅੱਜ ਆਪਾਂ ਗੱਲ ਲੈ ਕੇ ਕਰਦੇ ਆ ਮੈਂ ਤੁਹਾਨੂੰ ਦੱਸਦਾ ਕਿਹੜੀਆਂ-ਕਿਹੜੀਆਂ ਹੁੰਦੀਆਂ ਪਹਿਲੇ ਨੰਬਰ ਤੇ ਆਉਂਦੀ ਆ ਜੀ ਵਰਕ ਪਰਮਿਟ ਤੇ ਜਦੋਂ ਕਿਸੇ ਨੇ ਆਉਣਾ ਹੈ ਨਾ ਉਹਨੂੰ ਕਹਿ ਦਿੰਦੇ ਐਲਐਮਆਈਏ ਲੈ ਕੇ ਆਉਣੀ ਐਗਰੀਕਲਚਰ ਵਰਕ ਪਰਮਿਟ ਮਿਲਦਾ ਆ ਇਹ ਨਾਂ ਦੇ ਬਰਾਬਰ ਹੁੰਦੇ ਆ ਮੈਂ ਤੁਹਾਨੂੰ ਸਹੀ-ਸਹੀ ਦੱਸਦਾ ਲੱਗ ਜਾਂਦੇ ਆ ਪਰ ਪੈਸੇ ਬਹੁਤ ਜ਼ਿਆਦਾ ਲਏ ਜਾਂਦੇ ਠੱਗੀ ਬਹੁਤ ਜ਼ਿਆਦਾ ਲਈ ਜਾਂਦੀ ਮਤਲਬ ਹੁੰਦੀ ਆ ਫਿਰ ਇੱਥੇ ਜ ਬਾਰੂ ਬੁਲਾਉਣ ਵਾਸਤੇ ਨਹੀਂ ਇੱਥੇ ਪੀਆਰ ਦੀ سپورਟ ਵਾਸਤੇ ਉਸ ਨੂੰ ਕਹਿੰਦੇ ਆ سپورਟ ਟੂ ਗੈਟ ਪੀਆਰ ਉਹਦੇ ਪੁਆਇੰਟਸ ਡਿਫਰੈਂਟ ਹੁੰਦੇ ਆ ਉਹਦੇ 50 ਪੁਆਇੰਟ ਮਿਲਦੇ ਆ ਤੇ ਉਹਦੇ ਲਈ ਕੋਈ ਬਾਉਂਡੇਸ਼ਨ ਹੀ ਹੁੰਦੀ ਉਹਦਾ ਜਿਹੜਾ ਵਰਕ ਪਰਮਿਟ ਆ ਉਹ ਓਪਨ ਹੀ ਰਹਿੰਦਾ ਉਹ ক্লোਜ਼ ਵਰਕ ਪਰਮਿਟ ਨਹੀਂ ਹੁੰਦਾ ਪਰ ਜਦੋਂ ਆਪਾਂ ਕਿਸੇ ਬਾਹਰੋਂ ਬੰਦੇ ਨੂੰ ਬੁਲਾਉਣੇ ਆ ਤਾਂ ਉਹਦਾ ਜਿਹੜਾ ਵਰਕ ਪਰਮਿਟ ਆ ਉਹ ক্লোਜ਼ ਵਰਕ ਪਰਮਿਟ ਹੋ ਜਾਂਦਾ ਮਤਲਬ ਕਿ ਉਹ ਉਸ ਬੰਦੇ ਦੇ ਨਾਲ ਹੀ ਕੰਮ ਕਰੂਗਾ ਜਿੰਨਾ ਟਾਈਮ ਉਹਦੀ ਪੀਆਰ ਨਹੀਂ ਹੁੰਦੀ ਉਹਨਾ ਟਾਈਮ ਉਹ ਕਿਸੇ ਹੋਰ ਨਾਲ ਕੰਮ ਨਹੀਂ ਕਰ ਸਕਦਾ ਗਲੋਬਲ ਟੈਲੈਂਟ ਸਟ੍ਰੀਮ ਹੁੰਦੀ ਆ ਇਹਦੇ ਵਿੱਚ ਆ ਜਾਂਦੇ ਆ ਕਿ ਜਿਹੜੇ ਹਾਈ ਐਂਡ ਜੌਬਸ ਵਾਲੇ ਬੰਦੇ ਜਿਵੇਂ ਮੰਨ ਲਓ ਕੋਈ ਕੰਪਨੀ ਐ ਵੱਡੀ ਲੈਟਸ ਪੋਜ਼ ਕਹਿ ਸਕਦੇ ਵੱਡੀ ਕੰਪਨੀ ਹੈ ਉਹਨੇ ਜਦੋਂ ਕਿਸੇ ਆਪਣੇ ਟੈਕਨੀਕਲ ਬੰਦੇ ਨੂੰ ਇੰਡੀਆ ਤੋਂ ਬੁਲਾਉਣਾ ਹੈ ਇੰਡੀਆ ਨੂੰ ਬੁਲਾਉਣਾ ਹੈ ਤਾਂ ਉਹਨੂੰ ਉਹਦੀ ਲੋੜ ਆ ਉਹ ਉਹਨੂੰ ਇੱਕ ਸਪਾਂਸਰਸ਼ਿਪ ਲੈਟਰ ਜਾਂ ਐਲ ਐਮ ਆਈਏ ਪ੍ਰੋਵਾਈਡ ਕਰੇਗੀ ਤੇ ਉਹ ਹਾਈ ਪੇਇੰਗ ਜੌਬ ਵਾਲਾ ਬੰਦਾ ਜਦੋਂ ਇੱਥੇ ਆਏਗਾ ਉਹ ਕਿਹੜੀ ਸਟ੍ਰੀਮ ਦੇ ਵਿੱਚ ਆਏਗਾ ਗਲੋਬਲ ਟੈਲੈਂਟ ਸਟ੍ਰੀਮ ਦੇ ਵਿੱਚ ਇਸ ਤੋਂ ਬਾਅਦ ਆ ਜਾਂਦੀ ਹੈ ਜਿਹੜੇ ਹੋਮ ਕੇਅਰ ਗੀਵਰ ਜਿਵੇਂ ਮੰਨ ਲਓ ਕਿਸੇ ਦੇ ਬੱਚਾ ਹੋਇਆ ਤਾਂ ਬੱਚੇ ਦੇ ਬੁਲਾਉਣ ਵਾਸਤੇ ਕਿਸੇ ਨੂੰ ਬੁਲਾਉਣਾ ਜਾਂ ਫਿਰ ਕਿਸੇ ਦੇ ਘਰੇ ਬਜ਼ੁਰਗਾ ਤੇ ਉਹਨੂੰ ਬੁਲਾਉਣ ਵਾਸਤੇ ਤੁਸੀਂ ਕਿਸੇ ਨੂੰ ਐਲਐਮਈਏ ਪ੍ਰੋਵਾਈਡ ਕਰਾਉਣੀ ਹੈ ਇਹ ਜਿਹੜੀਆਂ ਹੈਗੀਆਂ ਨੇ ਫੇਮਸ ਐਲਐਮਈਏ ਕਹਿ ਸਕਦੇ ਆ ਕਿ ਜਿਹੜੀਆਂ ਬਹੁਤ ਜ਼ਿਆਦਾ ਇੱਥੇ ਚੱਲਦੀਆਂ ਆ ਕਿਵੇਂ ਇੰਪਲੋਇਰ ਆਲਮ ਆ ਇਹ ਅਪਰੂਵ ਕਰਾਉਂਦਾ ਆ ਕਿਵੇਂ ਉਹ ਬੰਦੇ ਨੂੰ ਬੁਲਾਉਂਦਾ ਆ ਉਹ ਸਾਰਾ ਪ੍ਰੋਸੈਸ ਕੀ ਆ ਉਹਦੇ ਬਾਰੇ ਗੱਲ ਕਰਦੇ ਆ ਇਹਦਾ ਜਿਹੜਾ ਪ੍ਰੋਸੈਸ ਹੁੰਦਾ ਨੇ ਮੈਂ ਤੁਹਾਨੂੰ ਸਿੰਪਲ ਜਿਹੇ ਤਰੀਕੇ ਨਾਲ ਦੱਸ ਦੇਣਾ ਜਿਹੜਾ ਵੀ ਇੱਥੇ ਕੋਈ ਬਿਜ਼ਨਸਮੈਨ ਹੁੰਦਾ ਬਿਜ਼ਨਸਮੈਨ ਪਹਿਲਾਂ 2 ਸਾਲ ਦੇ ਲਈ ਆਪਦਾ ਬਿਜ਼ਨਸ ਕਰਦਾ ਸ਼ੋ ਪ੍ਰੋਫਿਟੇਬਲ ਜਦੋਂ ਪ੍ਰੋਫਿਟੇਬਲ ਸ਼ੋ ਕਰਨ ਤੋਂ ਬਾਅਦ ਉਹਨੂੰ ਇਹ ਲੋੜ ਪੈਂਦੀ ਆ ਕਿ ਮੈਨੂੰ ਯਾਰ ਫਲਾਣਾ ਬੰਦਾ ਇੱਥੇ ਮੇਰੇ ਬਿਜ਼ਨਸ ਦੇ ਲਈ ਚਾਹੀਦਾ ਪਰ ਮੈਨੂੰ ਇਥੋਂ ਮਿਲ ਨਹੀਂ ਰਿਹਾ ਤਾਂ ਉਹ ਕੀ ਕਰਦਾ ਇਸ਼ਤਿਹਾਰ ਪਾਉਂਦਾ ਆ 28 ਦਿਨ ਉਹ ਇਸ਼ਤਿਹਾਰ ਰਹਿੰਦੇ ਆ ਜਿਵੇਂ ਘਰਾਂ 'ਚ ਫਲਾਇਰ ਜਾਂਦੇ ਆ ਰੇਡੀਓ ਤੇ ਐਡ ਚੱਲਦੀ ਆ ਅਖਬਾਰਾਂ 'ਚ ਕਢਾਉਂਦੇ ਆ ਟੀਵੀ ਤੇ ਐਡ ਚੱਲਦੀ ਆ ਇੰਡੀਡ ਤੇ ਪੋਸਟ ਹੁੰਦਾ ਲਿੰਕਡਇਨ ਤੇ ਪੋਸਟ ਹੁੰਦਾ ਅਗਰ ਚੀਜੀ ਤੇ ਹੁੰਦਾ ਫੇਸਬੁੱਕ ਮਾਰਕੀਟਪਲੇਸ ਤੇ ਹੁੰਦਾ ਤੇ ਨਾਲ ਦੀ ਨਾਲ ਜੌਬ ਬੈਂਕ ਤੇ ਵੀ ਪਾਇਆ ਜਾਂਦਾ ਇਹ ਸਭ ਤੋਂ ਵੱਡਾ ਇਹਦਾ ਕ੍ਰਾਈਟੇਰੀਆ ਹੁੰਦਾ ਜੌਬ ਬੈਂਕ ਤੇ ਪਾ ਕੇ ਜਦੋਂ ਦੇਖਦੇ ਵੀ ਯਾਰ 28 ਦਿਨ ਦੇ ਵਿੱਚ ਸਾਨੂੰ ਜਿਹੜੇ ਬੰਦੇ ਸਾਡੇ ਕੋਲ ਇੰਟਰਵਿਊਜ਼ ਦੇ ਲਈ ਆਏ ਸੀ ਅਸੀਂ ਉਹਨਾਂ ਨੂੰ ਸਿਲੈਕਟ ਨਹੀਂ ਕਰ ਸਕੇ ਉਹਦੇ ਰੀਜ਼ਨਸ ਵੀ ਲਿਖਨੇ ਪੈਂਦੇ ਆ ਤੇ ਉਹ ਸਾਰਾ ਕੁਝ ਸਬਮਿਟ ਕਰਾਉਣਾ ਪੈਂਦਾ ਇਥੋਂ ਦੀ ਇੱਕ ਅਥਾਰਟੀ ਹੁੰਦੀ ਹੈ ESDC ESDC ਨੂੰ ਜਦੋਂ ਆਪਾਂ ਸਬਮਿਟ ਕਰਾਉਣੀ ਹੈ ਉਹ ਦੇਖਦੀ ਹੈ ਕਿ ਸਾਰਾ ਕੁਝ ਜੈਨੂਇਨ ਆ ਯਾਰ ਵਾਕਈ ਇਹਨੂੰ ਬੰਦਾ ਕੈਨੇਡਾ ਦੇ ਵਿੱਚ ਮਿਲ ਨਹੀਂ ਰਿਹਾ ਸੋ ਉਹ ਉਹਨੂੰ ਇੱਕ ਲੈਟਰ ਦੇ ਦਿੰਦਾ ਉਹਨੂੰ ਕਹਿ ਦਿੰਦੇ ਆ LMIA ਕਿ ਤੂੰ ਭਾਈ ਆਪਦੀ LMIA ਬੁਲਾ ਸਕਦਾ ਜਿਹੜੇ ਵੀ ਬੰਦੇ ਨੂੰ ਤੂੰ ਇੰਡੀਆ ਤੋਂ ਬੁਲਾਉਣਾ ਫਿਰ ਉਹ ਦੇਖਦੇ ਆ ਕਿ ਇੰਡੀਆ ਦੇ ਵਿੱਚ ਜਿਹੜਾ ਬੰਦਾ ਹੈ ਉਸੇ ਫਲਾਣੀ ਸਟ੍ਰੀਮ ਦਾ ਜੇ ਮੰਨ ਲਓ ਹੁਣ ਕਿਸੇ ਰੈਸਟੋਰੈਂਟ ਨੇ ਬੁਲਾਉਣਾ ਮੰਨ ਲਓ ਉਹਨੂੰ ਕੁੱਕ ਚਾਹੀਦਾ ਜਿਹੜਾ ਕਿ ਤੰਦੂਰ ਤੇ ਲਾਉਂਦਾ ਹੋਵੇ ਤੇ ਕਰੀਆਂ ਦਾ ਕੰਮ ਉਹਨੂੰ ਆਉਦਾ ਹੋਵੇ ਇੱਥੇ ਜੇ ਉਹਨੂੰ ਨਹੀਂ ਮਿਲਿਆ ਉਹਨੇ ਦੇਖਿਆ ਵੀ ਇੰਡੀਆ ਦੇ ਵਿੱਚ ਮੈਨੂੰ ਫਲਾਣੇ ਢਾਬੇ ਤੇ ਬੰਦਾ ਆਇਆ ਉਹਨੂੰ ਐਕਸਪੀਰੀਅੰਸ ਆ ਕਾਫੀ ਸਾਲ ਦਾ ਤੇ ਜਾਂ ਫਲਾਣੇ ਰੈਸਟੋਰੈਂਟ ਦੇ ਵਿੱਚ ਕੋਈ ਬੰਦਾ ਜਿਸਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਹੈਗਾ ਉਹਨੇ ਉਹ ਬੰਦੇ ਨੂੰ ਜੌਬ ਆਫਰ ਉਸ ਐਲਮੇਜੇ ਦੇ ਬੇਸ ਤੇ ਜੌਬ ਆਫਰ ਦੇਣਾ ਫਿਰ ਉਹ ਬੰਦੇ ਦਾ ਵੀਜ਼ਾ ਅਪਲਾਈ ਹੋਏਗਾ ਤੇ ਉਹ ਇੱਥੇ ਆਊਗਾ ਵਰਕ ਪਰਮਿਟ ਤੇ ਵਰਕ ਐਲ ਐਮ ਆਈਏ ਦਾ ਜੈਨੂਨ ਹੁੰਦਾ ਪਰ ਇਦਾਂ ਹੁੰਦਾ ਨਹੀਂ ਇਹਦੇ ਪਿੱਛੇ ਦੀ ਕਹਾਣੀ ਕੀ ਆ ਹੁੰਦਾ ਕਿਦਾਂ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਜਿਹੜੀ ਇਹਦੀ ਜੈਨੂਨ ਫੀਸ ਹੁੰਦੀ ਆ ਫੀਸ ਕਿੰਨੀ ਹੁੰਦੀ ਆ ਪਹਿਲਾਂ ਦਾ ਇਸ਼ਤਿਹਾਰ ਜਿਹੜੇ ਕਢਾਉਣੇ ਆ ਉਹਨਾਂ ਦੀ ਅਲੱਗ-ਅਲੱਗ ਤਰੀਕੇ ਦੀ ਫੀਸ ਹੁੰਦੀ ਆ ਸੈਕਿੰਡ ਨੰਬਰ ਤੇ ਗਵਰਨਮੈਂਟ ਨੂੰ 1000 ਡਾਲਰ ਦੇਣਾ ਹੁੰਦਾ ਬਿਜ਼ਨਸ ਮੈਨੇਜਰ ਐਂਪਲੋਇਰ ਨੇ ਕਹਿ ਲੋ 1000 ਡਾਲਰ ਦੇ ਵਿੱਚ ਲਾਈਕ ਉਹ ਸਾਰੀਆਂ ਗਵਰਨਮੈਂਟ ਦੀਆਂ ਫੀਸ ਹੁੰਦੀਆਂ ਫਿਰ ਜੇ ਤੁਸੀਂ ਕੋਈ ਲਾਇਰ ਕਰਦੇ ਹੋ ਜਾਂ ਫਿਰ ਕੋਈ ਏਜੰਟ ਕਰਦੇ ਹੋ ਜਿਹੜਾ ਤੁਹਾਡੀ ਫਾਈਲ ਪ੍ਰੋਸੈਸ ਕਰਦਾ ਉਹਦੀ ਫੀਸ ਹੁੰਦੀ ਆ ਸੋ ਇਹ ਜਿਹੜੀਆਂ ਫੀਸਾਂ ਜੈਨੂਇਨ ਫੀਸ ਹੁੰਦੀਆਂ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਦੇ ਪਿੱਛੇ ਦੀ ਜਿਹੜੀ ਕਹਾਣੀ ਆ ਉਹ ਕੁਝ ਹੋ ਰਹੀ ਆ ਅਸਲ ਵਿੱਚ ਜਿਹੜਾ ਰੇਟ ਮੰਗਿਆ ਜਾਂਦਾ ਉਹ 30 ਤੋਂ ਲੈ ਕੇ 35000 ਡਾਲਰ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਟੋਰਾਂਟੋ ਬ੍ਰੈਮਟਨ ਮਿਸਿਸ ਕਹ ਲੋਗੇ ਸਾਰੀ ਵੈਨਕੂਵਰ ਇਨਾ ਮੰਗਿਆ ਜਾਂਦਾ ਜੇ ਤੁਸੀਂ ਇੰਡੀਆ ਤੋਂ ਆਉਣਾ ਆ ਤਾਂ ਹੋ ਸਕਦਾ ਹੈ ਕਿ 40 ਤੋਂ 50 ਲੱਖ ਰੁਪਈਆ 30 ਤੋਂ 40 ਲੱਖ ਰੁਪਈਆ ਇਸ ਤਰੀਕੇ ਨਾਲ ਵਿਕਦੀਆਂ ਨੇ ਐਲ ਐ ਐ ਜਦੋਂ ਆਪਾਂ ਇੱਥੇ ਰਹਿੰਦੇ ਹੋਏ ਜੌਬ ਅਪਲਾਈ ਕਰਦੇ ਹਾਂ ਨਾ ਡੀਡ ਤੇ ਉਦੋਂ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਉੱਥੇ ਲਿਖਿਆ ਹੁੰਦਾ ਹੈ ਕਿ ਜੇ ਤੁਹਾਨੂੰ ਸਪਾਂਸਰਸ਼ਿਪ ਚਾਹੀਦੀ ਹੈ ਆਪਣੇ ਕੰਮ ਦੇ ਲਈ ਡੂ ਯੂ ਨੀਡ ਅ ਸਪਾਂਸਰਸ਼ਿਪ ਫਾਰ ਯੂਅਰ ਵਰਕ ਉਹਦਾ ਮਤਲਬ ਕੀ ਹੈ ਕਿ ਏ ਐਲ ਐਮ ਇਹ ਵੇਚ ਰਿਹਾ ਸੋ ਉਹਨਾਂ ਨੂੰ ਤੁਸੀਂ ਅਪਲਾਈ ਨਾ ਕਰਿਓ ਸੇਮ ਹੀ ਇਦਾਂ ਜੋਬ ਬੈਂਕ ਤੇ ਵੀ ਹੁੰਦਾ ਤੇ ਸੇਮ ਹੀ ਇਦਾਂ ਬਾਕੀਆਂ ਜਿਹੜੀਆਂ ਆ ਵੈਬਸਾਈਟਸ ਤੇ ਉਹ ਵੀ ਹੁੰਦਾ ਆ ਕਈ ਇਥੋਂ ਦੇ ਇਹੋ ਜਿਹੇ ਬਿਜ਼ਨਸ ਆ ਜਿਹੜੀ ਮੈਂ ਤੁਹਾਨੂੰ ਸੱਚ ਦੱਸ ਰਿਹਾ ਜਿਨ੍ਹਾਂ ਦੇ ਅੱਗੇ ਬਾਹਰ ਫੱਟਾ ਆ ਜਿਹੜਾ ਉਹ ਓਪਨ ਦਾ ਲੱਗਿਆ ਪਰ ਪਿੱਛੇ ਬੈਕਐਂਡ ਤੇ ਕੋਈ ਬੰਦਾ ਕੰਮ ਨਹੀਂ ਕਰ ਰਿਹਾ ਉਹਨਾਂ ਦਾ ਸਿਰਫ ਬਿਜ਼ਨਸ ਕਿਦਾਂ ਚੱਲ ਰਿਹਾ ਉਹ 2-3 ਐਲ ਐਮ ਇਹ ਸਾਲ ਦੀਆਂ ਅਪਰੂਵ ਕਰਾਉਂਦੇ ਆ 50-50 ਹਜ਼ਾਰ ਜਾਂ 60-60 ਹਜ਼ਾਰ ਡਾਲਰ ਚ ਵੇਚ ਦਿਆ ਤੇ ਲੱਖ 1.5 ਲੱਖ ਡਾਲਰ ਸਿਰਫ ਐਲਐਮਆਈਏ ਤੋਂ ਬਣਾ ਰਿਆ ਔਰ ਕੁਝ ਨਹੀਂ ਕਰ ਰਿਹਾ ਉਹ ਬੰਦਾ ਇੱਥੇ ਆ ਕੇ ਕੈਸ਼ ਤੇ ਕੰਮ ਕਰਦਾ ਜਾਂ ਹੋਰ ਕੋਈ ਕਮਾਗਾਰਾਂ ਦੇ ਵਿੱਚ ਪਾਇਆ ਜਾਂਦਾ ਪਰ ਗੱਲ ਮੇਨੇ ਆ ਕਿ ਉਹ ਕੁਝ ਨਹੀਂ ਹੁੰਦਾ ਮਤਲਬ ਕੋਈ ਫੱਟਾ ਨਹੀਂ ਕੋਈ ਕੁਝ ਨਹੀਂ ਬਸ ਓਪਨ ਦਾ ਨਿਸ਼ਾਨ ਲਾ ਕੇ ਤੇ ਉਦਾਂ ਚੱਲ ਰਿਹਾ ਬ੍ਰੈਂਟਨ ਦੀ ਗੱਲ ਕਰਦਾ ਇੱਥੇ ਇਹੋ ਜਿਹੇ ਕਿੰਨੇ ਜ਼ਿਆਦਾ ਬਿਜ਼ਨਸ ਚੱਲਦੇ ਆ ਨਾਲ ਦੀ ਨਾਲ ਹੋਰ ਇੱਥੇ ਇੱਕ ਜਿਹੜਾ ਫਰਾਡ ਜਿਹੜਾ ਚੱਲਦਾ ਹੁੰਦਾ ਆ ਕਿ ਕਈ ਬਿਜ਼ਨਸ ਆ ਜਿਹੜੇ ਉਹ ਲੋਸ ਦੇ ਵਿੱਚ ਦਿਖਾ ਦਿੰਦੇ ਆ ਉਹ ਕਿਦਾਂ ਦਿਖਾਉਂਦੇ ਆ ਉਹਨਾਂ ਜਦੋਂ ਬੰਦੇ ਨੂੰ ਮੰਨ ਲਓ ਤੁਹਾਡੇ ਐਲ ਐਮ ਆਈ ਉਹਨਾਂ ਨੇ ਅਪਰੂਵ ਕਰਾਤੀ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਹਾਂ ਯਾਰ ਤੇਰੀ ਐਲ ਐਮ ਆਈ ਅਸੀਂ ਅਪਰੂਵ ਕਰਾਤੀ ਤੂੰ ਇੱਥੇ ਆ ਜਾ ਜਾਂ ਫਿਰ ਤੁਸੀਂ ਇੱਥੇ ਹੋਗੇ ਇਹਗੇ ਉਹ ਤੁਹਾਨੂੰ ਉਹਨਾਂ ਨੇ ਦੇ ਦਿੱਤੀ ਜਦੋਂ ਤੁਹਾਡੇ 8 ਕੁ ਮਹੀਨੇ ਹੋ ਗਏ ਉਹਨਾਂ ਨੇ ਕਹਿਣਾ ਯਾਰ ਐ ਆ ਵੀ ਸਾਡਾ ਬਿਜ਼ਨਸ ਜਾ ਰਿਹਾ ਭਾਈ ਲੋਸ ਦੇ ਵਿੱਚ ਤੇ ਸੋ ਸਾਨੂੰ ਇਹਨੂੰ ਪ੍ਰੋਫਿਟ ਸ਼ੋ ਕਰਨ ਦੇ ਵਿੱਚ ਤੈਨੂੰ ਪੈਸੇ ਹੋਰ ਦੇਣੇ ਪੈਣਗੇ ਪਹਿਲਾਂ ਤੁਸੀਂ ਜਿਹੜਾ 30 40 ਡਾਲਰ ਦਿੱਤਾ ਹੀ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਤੁਹਾਡੇ ਤੋਂ 10 15 ਡਾਲਰ ਆ ਜਿਹੜਾ ਹੋਰ ਠੱਗ ਲੈਣਾ exploit ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਇੱਥੇ ਜਵਾਗ ਆ ਸਾਰਿਆਂ ਨੂੰ exploit ਕੀਤਾ ਜਾਂਦਾ ਐਲਐਮਆਈਏ ਦੇ ਨਾਂ ਤੇ ਇਹ ਜਿਹੜਾ ਬਿਜ਼ਨਸ ਮਾਡਲ ਆ ਇਹ ਬਹੁਤ ਖਤਰਨਾਕ ਆ ਪਰ ਜਿਹੜਾ ਇਹਦੇ ਪਿੱਛੇ ਜਦੋਂ ਸਰਕਾਰ ਨੇ ਚਲਾਇਆ ਸੀ ਉਹ ਲਾਈਕ ਕਾਫੀ ਵਧੀਆ ਪ੍ਰੋਗਰਾਮ ਸੀ ਉਹਦੇ ਬਾਰੇ ਅੱਗੇ ਗੱਲ ਕਰਦੇ ਆ ਵੀ ਕਿਉਂ ਵਧੀਆ ਪ੍ਰੋਗਰਾਮ ਸੀ ਐਕਸਪਲੋਇਟ ਕਿਦਾਂ ਕੀਤਾ ਜਾਂਦਾ ਬੰਦੇ ਨੂੰ ਹਰਾਸ ਕਿਦਾਂ ਕੀਤਾ ਜਾਂਦਾ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕਿ ਪੈਸੇ ਬਹੁਤ ਹੀ ਜ਼ਿਆਦਾ ਠੱਗੇ ਜਾਂਦੇ ਬਹੁਤ ਹੀ ਜ਼ਿਆਦਾ ਪੈਸੇ ਲਏ ਜਾਂਦੇ ਆ ਬੰਦਿਆਂ ਨੂੰ ਧਮਕਾਇਆ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਤੂੰ ਕੀ ਉਹਨੂੰ ਕਹਿੰਦੇ ਆ 8 ਮਹੀਨੇ ਹੋ ਗਏ ਆ ਜੇ ਤੂੰ ਪੈਸੇ ਨਾ ਜਿਆਦਾ ਦਵਾਂਗਾ ਤੇ ਅਸੀਂ ਬਿਜ਼ਨਸ ਬੰਦ ਕਰ ਦਾਂਗੇ ਬੰਦਾ ਫਸਿਆ ਇਹੋ ਜਿਹਾ ਹੁੰਦਾ ਬੰਦਾ ਕਹਿੰਦਾ ਯਾਰ ਕੋਈ ਨਾ 40 50 ਹਜ਼ਾਰ ਪਹਿਲਾਂ ਦਿੱਤਾ 10000 ਹੋਰ ਦੇ ਦਿਓ ਯਾਰ ਵੀ ਕੋਈ ਇਹਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਇਥੋਂ ਤੱਕ ਵੀ ਹੈ ਕਿ ਜਿਹੜਾ ਬੰਦਾ ਇੰਡੀਆ ਤੋਂ ਐਲਐਮਆਈ ਤੇ ਆਇਆ ਹੋਵੇ ਨਾ ਵਿਚਾਰਾ ਕੋਈ ਗਰੀਬ ਹੋਵੇ ਕੋਈ ਮਾਤੜ ਕਹਿ ਲੋ ਹੋਵੇ ਉਹ ਬੰਦੇ ਤੋਂ ਤਾਂ ਕਈ ਵਾਰੀ ਘਰ ਦੇ ਕੰਮ ਵੀ ਕਰਾਏ ਜਾਂਦੇ ਆ ਇਹੋ ਜਿਹੇ ਕੰਮ ਕਰਾਏ ਜਾਂਦੇ ਆ ਵੀ ਉਹ ਬੰਦਾ ਕੰਮ ਕਿਸੇ ਹੋਰ ਵਾਸਤੇ ਬੁਲਾਇਆ ਹੁੰਦਾ ਤੇ ਕਰਵਾਈ ਕੋਈ ਹੋਰ ਜਾਂਦੇਵੇ ਮੇਰੇ ਨੌਂ ਦੇ ਵਿੱਚ ਵੀ ਜਿਹੜੀ ਮੈਂ ਗੱਲਾਂ ਸੁਣੀਆਂ ਉਹਨਾਂ ਦੇ ਤੰਦ ਦਾ ਇੱਕ ਬੰਦੇ ਨੂੰ ਇੱਥੇ ਗੈਸ ਸਟੇਸ਼ਨ ਤੇ ਬੁਲਾਇਆ ਸੀ ਉਹ ਗੈਸ ਸਟੇਸ਼ਨ ਤੇ ਉਹ ਬੰਦੇ ਨੂੰ ਉਹਨਾਂ ਨੇ 4.5 ਸਾਲ ਕੰਮ ਕਰਾਇਆ ਉਹ ਬੰਦੇ ਦਾ ਪਾਸਪੋਰਟ ਰੱਖ ਲਿਆ ਉਹਦੇ ਕੋਲ ਘਰ ਦੇ ਕੰਮ ਸਫਾਈ ਗੈਸ ਸਟੇਸ਼ਨ ਦਾ ਕੰਮ ਕੋਈ ਵੀ ਕੰਮ ਯਾਰ ਵੀ ਉਹ ਸਾਰੇ ਕੰਮ ਕਰਾਉਂਦੇ ਸੀ ਉਹਨੂੰ ਮਿਨਿਮਮ ਵੇਜ ਤੋਂ ਵੀ ਘੱਟ ਪੇ ਕਰਦੇ ਸੀ ਪੈਸੇ ਵੀ ਨਹੀਂ ਸੀ ਦਿੰਦੇ ਉਹਦਾ ਪਾਸਪੋਰਟ ਵੀ ਰੱਖਿਆ ਸੀ ਬੰਦਾ ਕੁਛ ਨਹੀਂ ਸੀ ਕਰਨ ਜੁਗਾ ਬਾਅਦ ਵਿੱਚ ਉਹ ਬੰਦੇ ਨੇ ਕੰਪਲੇਂਟ ਕੀਤੀ ਕੰਪਲੇਂਟ ਕਰਨ ਤੋਂ ਬਾਅਦ ਉਹਨਾਂ ਤੇ ਜੋ ਕੇਸ ਹੋਇਆ ਤੇ ਜੋ ਵੀ ਉਹਨਾਂ ਦਾ ਕੰਮ ਨਿਭੜਿਆ ਪਰ ਬੰਦਾ ਇਥੋਂ ਇੰਡੀਆ ਲਾਈਕ ਵਾਪਸ ਚਲ ਗਿਆ ਸੀ ਉਹ ਲਾਈਕ ਇਥੇ ਰਿਹਾ ਹੀ ਨਹੀਂ ਵਿਚਾਰਾ ਉਹ ਕਹਿੰਦਾ ਵੀ ਮੈਂ ਭਾਈ ਇੱਥੇ ਰਹਿਣਾ ਨਹੀਂ ਮੈਂ ਇੰਡੀਆ ਲਾਈਕ ਵਾਪਸ ਹੀ ਚਲ ਜਾਣਾ ਇਹ ਨਾਲ ਇੱਕ ਤਰੀਕੇ ਨਾਲ ਕਹਿ ਲੋ ਵੀ ਜਿੰਨਾ ਚਿਰ ਤੁਹਾਡੀ ਪੀਆਰ ਨਹੀਂ ਨਾ ਹੁੰਦੀ ਤੇ ਤੁਹਾਡੀ ਤੌਣ ਉਹਨਾਂ ਦੇ ਹੱਥ 'ਚ ਹੀ ਹੁੰਦੀ ਆ ਲਾਈਕ ਇੱਕ ਤਲਵਾਰ ਲਟਕਦੀ ਰਹਿੰਦੀ ਕਿਉਂਕਿ ਤੁਸੀਂ ਵੀ ਗਲਤ ਕਰਕੇ ਆਏ ਹੁੰਦੇ ਹੋ ਉਹ ਵੀ ਅੱਗੋਂ ਸਿਸਟਮ ਉਹਦਾ ਦਾ ਹੁੰਦਾ ਉਹ ਤੁਹਾਨੂੰ ਹਰਾਸ ਕਰਦੇ ਹੀ ਰਹਿੰਦੇ ਕਰਦੇ ਹੀ ਰਹਿੰਦੇ ਆ ਈਵਨ ਜਦੋਂ ਤੱਕ ਤੁਸੀਂ ਸਿਟੀਜ਼ਨ ਹੀ ਹੋ ਜਾਂਦੇ ਉਦੋਂ ਤੱਕ ਵੀ ਉਹ ਤੁਹਾਨੂੰ ਹਰਾਸ ਕਰ ਸਕਦੇ ਉਦੋਂ ਤੱਕ ਵੀ ਤੁਹਾਨੂੰ ਉਹ ਇਦਾਂ ਕਰ ਸਕਦੇ ਕਿਉਂਕਿ ਤੁਹਾਡੀ ਕੋਈ ਨਾ ਕੋਈ ਜਿਹੜੀ ਗਲਤ ਚੀਜ਼ ਆ ਜਾਂ ਗਲਤ ਡਾਕੂਮੈਂਟਸ ਆ ਜਾਂ ਜੋ ਵੀ ਆਪਾਂ ਬਣਾ ਕੇ ਆਏ ਹੁੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਹੀ ਹੁੰਦਾ ਸੋ ਉਹ ਤੁਹਾਨੂੰ ਉਹਦੇ ਵਿੱਚ ਵੀ ਹਰਾਸ ਕਰ ਸਕਦੇ ਆ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਯਾਰ ਇਹਦੇ ਵਿੱਚ ਇਹ ਅਸਲ ਜੀ ਨਾ ਜਦੋਂ ਪਲਾਨ ਆਇਆ ਸੀ ਪਲਾਨ ਹੀ ਸੀ ਮਾੜਾ ਕਿਉਂਕਿ ਇੱਥੇ ਵਾਕਈ ਕਈ ਬਿਜ਼ਨਸ ਇਹੋ ਜਿਹੇ ਆ ਜਿਨ੍ਹਾਂ ਨੂੰ ਇੱਕ ਇੱਕ ਮਹੀਨਾ ਦੋ ਦੋ ਮਹੀਨਾ ਕੰਮ ਕਰਕੇ ਬੰਦੇ ਛੱਡ ਜਾਂਦੇ ਆ ਤੇ ਉਹਨਾਂ ਨੂੰ ਵਾਕਈ ਇੱਕ ਇਹੋ ਜਿਹੇ ਬੰਦੇ ਦੀ ਲੋੜ ਹੁੰਦੀ ਆ ਜਿਹੜਾ ਉਹਨਾਂ ਨਾਲ ਲੌਂਗ ਟਰਮ ਕੰਮ ਕਰੇ ਸੋ ਲੌਂਗ ਟਰਮ ਕੰਮ ਕਰਨ ਵਾਸਤੇ ਲੇਬਰ ਸ਼ਾਰਟੇਜ ਨੂੰ ਸੈੱਟ ਕਰਨ ਵਾਸਤੇ 12 ਬੰਦੇ ਬੁਲਾਏ ਜਾਂਦੇ ਸੀ ਹੁਣ ਜਿਹੜੀ ਲੇਬਰ ਸ਼ਾਰਟੇਜ ਜੋਬ ਬੈਂਕ ਤੇ ਪੈਂਦੀ ਹੈ ਨਾ ਉਹਨੂੰ ਉਹਦੇ ਉਹ ਫੇਕ ਹੀ ਪਾਈਆਂ ਹੁੰਦੀਆਂ ਮਤਲਬ ਉਹ ਸਿਰਫ ਐਲਐਮਆ ਕੱਢਣ ਵਾਸਤੇ ਹੀ ਪਾਈਆਂ ਹੁੰਦੀਆਂ ਉਹ ਜੋਬ ਬੈਂਕ ਪਾਉਣ ਵਾਸਤੇ ਗਵਰਨਮੈਂਟ ਨੂੰ ਇਹ ਲੱਗਦਾ ਯਾਰ ਇੱਥੇ ਤਾਂ ਬੰਦੇ ਹੀ ਬੜਾ ਸਾਨੂੰ ਚਾਹੀਦਾ ਲੇਬਰ ਦੀ ਸ਼ਾਰਟੇਜ ਬੜੀ ਹੈ ਪਰ ਜਿਹੜੀ ਉਹਦੀ ਪਿੱਛੇ ਦੀ ਕਹਾਣੀ ਪਿੱਛੇ ਦੀ ਕਹਾਣੀ ਕੁਝ ਹੋਰ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕਾ ਹਾਂ ਪਿੱਛੇ ਦੀ ਕਹਾਣੀ ਤਾਂ ਇਹ ਆ ਸੋਲੂਸ਼ਨ ਕੀ ਹੋ ਸਕਦਾ ਸੋਲੂਸ਼ਨ ਇਹ ਆ ਵੀ ਗਵਰਨਮੈਂਟ ਨੂੰ ਸਭ ਪਤਾ ਹੈ ਜਦੋਂ ਵੀ ਤੁਸੀਂ ਕਿਸੇ ਅਤੇ ਐਮਪੀਪੀ ਨਾਲ ਜਾਂ ਐਮਪੀ ਨਾਲ ਗੱਲ ਕਰੋਗੇ ਉਹ ਪੱਲਾ ਝਾੜ ਦਿੰਦੇ ਆ ਉਹ ਇੱਕ ਬੰਦਾ ਦੂਸਰੇ ਤੇ ਇਲਜ਼ਾਮ ਲਾਈ ਜਾਂਦਾ ਦੂਸਰਾ ਤੀਸਰੇ ਤੇ ਲਾਈ ਜਾਂਦਾ ਪਤਾ ਇਹਨਾਂ ਨੂੰ ਸਭ ਕੁਝ ਆ ਪਰ ਕੁਝ ਕਰਕੇ ਨਹੀਂ ਕੋਈ ਰਾਜੀ ਮੇਰੇ ਅਕੋਰਡਿੰਗ ਇਹਨਾਂ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਇਸ ਪਲਾਨ ਨੂੰ ਰਿਵਿਊ ਕਰਨਾ ਚਾਹੀਦਾ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਪ੍ਰੋਗਰਾਮ ਨੂੰ 3 ਜਾਂ 4 ਸਾਲ ਬਾਅਦ ਇੱਕ ਉਹਦਾ ਟਾਈਮ ਫਰੇਮ ਹੁੰਦਾ ਟਾਈਮ ਫਰੇਮ ਦੇ ਬਾਅਦ ਉਹ ਪ੍ਰੋਗਰਾਮ ਨੂੰ ਤੁਸੀਂ ਰਿਵਿਊ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਪ੍ਰੋਗਰਾਮ ਕਿਸ ਤਰੀਕੇ ਨਾਲ ਚੱਲ ਰਿਹਾ ਮੈਂ ਐਗਜ਼ਾਮਪਲ ਦੇਣਾ ਤੇ ਛੋਟੀ ਜਿਹੜਾ ਇੱਥੇ ਰਿਫਿਊਜੀ ਪ੍ਰੋਗਰਾਮ ਕੈਨੇਡਾ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਵੀ ਜਦੋਂ ਵੀ ਮੰਨ ਲਓ ਕਿਸੇ ਦੇਸ਼ ਦੇ ਵਿੱਚੋਂ ਕਿਸੇ ਬੰਦੇ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਜਾਂ ਕੁਝ ਉੱਥੇ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹ ਬੰਦੇ ਇੱਥੇ ਸਮਗਲਿੰਗ ਸਿਸਟਮ ਬਣ ਕੇ ਰਹਿ ਗਿਆ ਇੱਕ ਰਿਫਿਊਜੀ ਸਿਸਟਮ ਆ ਜਿਹੜਾ ਸੋ ਇਦਾਂ ਹੀ ਜਿਹੜਾ ਇਹ ਵਾਲਾ ਸਿਸਟਮ ਸੀ ਆਪਣਾ ਐਲ ਐਮ ਆਈਏ ਦਾ ਇਹ ਵੀ ਉਸ ਤਰੀਕੇ ਨਾਲ ਘੁੰਮਦਾ 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 ਐਲ ਐਮ ਆਈਏ ਸਮਗਲਿੰਗ ਜਾਂ ਐਲ ਐਮ ਆਈਏ ਸੌਰੀ ਫਰਾਡ ਬਣ ਕੇ ਰਹਿ ਗਿਆ ਪ੍ਰੋਗਰਾਮ ਨਹੀਂ ਸੀ ਮਾੜਾ ਪਰ ਹੁਣ ਕੀ ਆ ਆਪਣੇ ਬੰਦੇ ਆਣੇ ਜਾਂ ਕਹਿ ਲਓ ਆਪਣੇ ਨਹੀਂ ਮੈਂ ਕਹਿ ਸਕਦਾ ਜਿੰਨੀ ਵੀ ਇੱਥੇ ਕਮਿਊਨਿਟੀ ਆ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਉਂਦੇ ਆ ਚਾਈਨੀਜ਼ ਮੈਕਸੀਕਨ ਜਾਂ ਫਿਲੀਪੀਨਜ਼ ਆਪਣੇ ਇੰਡੀਅਨ ਏਸ਼ੀਅਨ ਕੋਈ ਵੀ ਆ ਸਾਰਿਆਂ ਨੇ ਇਹ ਕੰਮ ਸਟਾਰਟ ਕਰਤਾ ਤੇ ਪੈਸੇ ਬਣਾਉਣੇ ਸਟਾਰਟ ਕਰਦੇ ਪੈਸੇ ਬਣਦੇ ਆ ਜੇ ਤੁਹਾਡੇ ਨਾਲ ਇਦਾਂ ਦੀ ਕੋਈ ਹਰਾਸਮੈਂਟ ਹੁੰਦੀ ਆ ਤਾਂਡੇ ਨਾਲ ਤੱਕਾ ਹੁੰਦਾ ਆ ਤੁਹਾਨੂੰ ਕਹਿ ਲੋ ਵੀ ਇੱਕ ਤਰੀਕੇ ਨਾਲ ਤੁਹਾਡੇ ਕੋਲ ਗੁਲਾਮੀ ਕਰਾਈ ਜਾਂਦੀ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਆਈਆਰਸੀਸੀ ਨੂੰ ਜਾਂ ਗਵਰਨਮੈਂਟ ਕਿਸੇ ਅਫੀਸ਼ੀਅਲਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ ਈਵਨ ਇਥੋਂ ਤੱਕ ਵੀ ਹੁੰਦਾ ਕਿ ਜਿਹੜਾ ਤੁਹਾਡਾ ਕਲੋਜ਼ਡ ਵਰਕ ਪਰਮਿਟ ਆ ਨਾ ਉਹ ਓਪਨ ਵਰਕ ਪਰਮਿਟ ਦੇ ਵਿੱਚ ਵੀ ਕਨਵਰਟ ਹੋ ਸਕਦਾ ਆ ਪਰ ਉਹਦੇ ਲਈ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਇਹ ਬੰਦਾ ਤੁਹਾਨੂੰ ਹਰਰਾਸ ਕਰ ਰਿਹਾ ਜੇ ਤੁਹਾਡੇ ਕੋਲ ਪ੍ਰੂਫ ਹੈ ਗਿਆ ਤਾਂ ਇਥੋਂ ਤੱਕ ਵੀ ਹੁੰਦਾ ਕਿ ਕਲੋਜ਼ਡ ਵਰਕ ਪਰਮਿਟ ਤੁਹਾਡਾ ਓਪਨ ਵਰਕ ਪਰਮਿਟ ਦੇ ਵਿੱਚ ਵੀ ਕਨਵਰਟ ਹੋ ਜਾਊਗਾ ਸੋ ਇਦਾਂ ਦੀਆਂ ਗੱਲਾਂ ਆ ਦੂਸਰੇ ਨੰਬਰ ਤੇ ਜੇ ਤੁਸੀਂ ਐਲਐਮਈ ਲੈ ਕੇ ਆ ਹੀ ਰਹੇ ਹੋ ਤੱਕ ਕੀ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਪਹਿਲਾਂ ਤੁਸੀਂ ਸਰਚ ਕਰਕੇ ਦੇਖੋਗੇ ਤੁਹਾਡੀ ਜਿਹੜੀ ਐਲ ਐਮ ਆਈ ਉਹ ਵਾਕਈ ਸਹੀ ਦੇ ਵਿੱਚ ਹੈਗੀ ਹੈ ਕਿ ਨਹੀਂ ਪਰ ਉਹ ਤਾਂ ਚਲੋ ਛੱਡੋ ਅੱਜ ਕੱਲ ਉਹ ਵੀ ਫੇਕ ਬਣ ਜਾਂਦੇ ਆ ਨੈਕਸਟ ਜੀ ਜੇ ਹੈ ਕਿ ਜਿਹੜੀ ਐਲ ਐਮ ਆਈ ਇਹਨਾਂ ਤੁਸੀਂ ਉਸ ਬੰਦੇ ਤੋਂ ਹੀ ਲਓ ਜਿਹੜਾ ਤੁਹਾਡਾ ਬਹੁਤ ਖਾਸ ਆ ਜਾਣਕਾਰ ਕਿਉਂਕਿ ਜਿਹੜਾ ਤੁਹਾਡਾ ਜਾਣਕਾਰ ਉਹਦਾ ਤੁਸੀਂ ਇੰਡੀਆ ਦੇ ਵਿੱਚ ਭੂਤ ਬਣਾ ਸਕਦੇ ਹੋ ਉਹਨੂੰ ਕੁਝ ਨਾ ਕੁਝ ਉਹਦੇ ਰਿਲੇਟਿਵ ਜਾਂ ਉਹਦੇ ਘਰ ਦੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉਹਦੇ ਨਾਲ ਕੁਝ ਕਰ ਸਕਦੇ ਹੋ ਹਨ ਰਿਲੇਟਿਵ ਤੁਹਾਡੇ ਵਿੱਚ ਹੋਵੇ ਤੁਹਾਨੂੰ ਪਤਾ ਹੋਵੇ ਵੀ ਉਹਦਾ ਇੱਥੇ ਬਿਜ਼ਨਸ ਬੜਾ ਵਧੀਆ ਯਾ ਫਿਰ ਕੋਈ ਜੈਨੂਅਰ ਬੰਦਾ ਹੋਵੇ ਜਿਹਦੇ ਤੁਸੀਂ ਟਰਸਟ ਕਰ ਸਕਦੇ ਹੋ ਵਿਦਆਊਟ ਟਰਸਟ ਇੱਕ ਆਮ ਨਾ ਕਰਿਓ ਮੈਂ ਬਸ ਇਹੀ ਗੱਲ ਕਹੂੰਗਾ ਇਹਨਾਂ ਤੇ ਬਾਕੀ ਐਲਐਮਆਈ ਦੇ ਨਾਂ ਤੇ ਹੋਰ ਵੀ ਬਹੁਤ ਜ਼ਿਆਦਾ ਸਿਸਟਮ ਚੱਲਦਾ ਇੱਥੇ ਜਿਹੜੇ ਬੱਚੇ ਹੁੰਦੇ ਆ ਬੱਚਿਆਂ ਕੋਲ ਠੱਕੇ ਨਾ ਕੰਮ ਕਰਾਇਆ ਜਾਂਦਾ ਬਾਅਦੋਂ ਪੈਸੇ ਲੈ ਜਾਂਦੇ ਆ ਤੇ ਬਲਾਬਲਾ ਬਹੁਤ ਜ਼ਿਆਦੀਆਂ ਚੀਜ਼ਾਂ ਨੇ ਤੇ ਬੋਲਣਾ ਮੈਨੂੰ ਲੱਗਦਾ ਮੈਂ ਘੰਟਾ ਡੇਢ ਘੰਟਾ ਲੈਕਚਰ ਦੇ ਸਕਦਾ ਪਰ ਗੱਲ ਇਹ ਆ ਵੀ ਮੇਨ ਜਿਹੜਾ ਕਨਸਰਨ ਸੀ ਮੈਨੂੰ ਲੱਗਦਾ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਐਲਐਮਆਈ ਦੇ ਨਾਂ ਤੇ ਕਿਦਾਂ ਠੱਗੀ ਪਾਈਦੀ ਆ ਕਿਦਾਂ ਗੁਲਾਮੀ ਕਰਾਈ ਜਾਂਦੀ ਆ ਤੇ ਕਿਦਾਂ ਇਹ ਵਰਕ ਕਰਦੀ ਆ ਤਾਂ ਕਿ ਜਦੋਂ ਵੀ ਤੁਹਾਡੇ ਨਾਲ ਕੋਈ ਗੱਲ ਕਰੇ ਕੋਈ ਬ ਉਹ ਤਰ੍ਹਾਂ ਲੱਗ ਜਣਾ ਵੀ ਇਹ ਕੁਛ ਨਾ ਕੁਛ ਗੜਬੜ ਹੈਗੀ ਆ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੋएगी ਜੇ ਵਧੀਆ ਲੱਗੀ ਆ ਲਾਈਕ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ੍ਰੀ ਅਕਾਲ